You're listening to CNN Toronto, Chawla News Network Toronto. News Network Toronto ਤੁਸੀਂ ਸੁਣ ਰਹੇ ਹੋ ਤੇ ਚੱਲਦੇ ਆ ਹੁਣ ਪੰਜਾਬ ਪਟਿਆਲਾ ਸ਼ਹਿਰ ਤੇ ਸਾਡੇ ਨਾਲ ਹਾਜ਼ਰ ਨੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਟੂਡੀਓ ਵਿੱਚ ਨੰਬਰ ਰਹੇਗਾ 905-813-1321 ਅਕੀਦਾ ਸਾਹਿਬ ਵੈਲਕਮ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚਾਵਲਾ ਸਾਹਿਬ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਜਿਹੜੇ ਸਾਨੂੰ ਮੁਹੱਬਤ ਕਰਦੇ ਆ ਪਿਆਰ ਕਰਦੇ ਆ ਜੀ ਸਤਿ ਸ੍ਰੀ ਅਕਾਲ ਅੰਜੂ ਜੀ ਜੀ ਅੰਜੂ ਜੀ ਫੇਰ ਛੁੱਟੀ ਤੇ ਨੇ ਚਲੋ ਕੋਈ ਨਾ ਸਤਿ ਸ੍ਰੀ ਅਕਾਲ ਪਹੁੰਚ ਗਏ ਨਾ ਤਾਂ ਕਮਰੇ ਖੇਲ ਹਾਂ ਪਹੁੰਚ ਗਈ ਹੋਣੀ ਪਹੁੰਚਣਗੀ ਪਹੁੰਚ ਗਈ ਚਲੋ ਨਾ ਉਹ ਤੇ ਕੱਲ ਪਹੁੰਚਾ ਦਾਂਗੇ ਹਾਂ ਠੀਕ ਦੋ ਵਾਰੀ ਇਕੱਠੇ ਆਈ 9058131320 ਬੰਗਲਾਦੇਸ਼ ਦਾ ਕੀ ਹਾਲ ਪਤਾ ਲੱਗਾ ਕਿ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਮੁਹੰਮਦ ਸੋਹਾਬੂਦੀਨ ਜਿਹੜੀ ਹੈ ਉਹ ਸੰਸਦ ਭੰਗ ਕਰਤੀ ਹੈ ਕਾਫੀ ਲੁੱਟਮਾਰ ਹੋ ਰਹੀ ਹੈ ਮੈਨੂੰ ਚਲੋ ਠੀਕ ਹੈ ਤੁਸੀਂ ਪ੍ਰਦਰਸ਼ਨ ਕਰ ਰਹੇ ਸੀ ਤੁਸੀਂ ਵਿਖਾਵਾ ਕਰ ਰਹੇ ਸੀ ਤੁਸੀਂ ਮੰਗਾਂ ਮਨਾਉਣ ਵਾਸਤੇ ਅਤੇ ਫਿਰ ਇਹ ਚੋਰ ਡਾਕੂ ਕਿਵੇਂ ਬਣ ਜਾਂਦੇ ਨੇ ਮੈਨੂੰ ਇਹ ਨਹੀਂ ਸਮਝ ਲੱਗਦੀ ਹੈ ਨਾ ਕਿਵੇਂ ਲੁੱਟਿਆ ਜਾ ਰਿਹਾ ਉੱਥੇ ਰਾਸ਼ਟਰਪਤੀ ਦਾ ਜਿਹੜਾ ਹੈ ਉੱਥੋਂ ਦਾ ਪ੍ਰਧਾਨ ਮੰਤਰੀ ਦਾ ਮਹੱਲ ਜਾਂ ਪ੍ਰਧਾਨ ਮੰਤਰੀ ਦੀਆਂ ਜਿਹੜੀਆਂ ਚੀਜ਼ਾਂ ਫਿਰ ਹੁੱਬ ਹੁੱਬ ਕੇ ਦਿਖਾਈਆਂ ਜਾ ਰਹੀਆਂ ਨੇ ਹੈ ਨਾ ਕੋਈ ਪੱਖੇ ਚੱਕ ਕੇ ਲਿਜਾ ਰਿਹਾ ਚਾਵਲਾ ਸਾਹਿਬ ਕੋਈ ਬਾਲਟੀ 'ਚ ਪਾ ਕੇ ਸਮਾਨ ਚੱਕੀ ਫਿਰਦਾ ਹੈ ਕੋਈ ਕੁਛ ਕੋਈ ਰਜਾਈ ਚੱਕ ਕੇ ਲੈ ਗਿਆ ਦੇਖੋ ਲੈ ਦੱਸੋ ਮਤਲਬ ਕਿ ਨਾ ਜੀ ਇਹ ਨਾ ਜਿਹੜੇ ਪੱਧਰ ਵੀ ਲੋਕ ਹੁੰਦੇ ਆ ਨਾ ਜੀ ਇਹ ਇਹਨਾਂ ਦਾ ਬੇਸ਼ੱਕ ਮੈਂ ਕੋਈ ਜਿਹੜਾ ਕੋਈ ਸੰਘਰਸ਼ੀ ਲੋਕਾਂ ਦੇ ਮੈਂ ਪੱਖ 'ਚ ਹੈਗਾ ਸੰਘਰਸ਼ੀ ਲੋਕ ਜਿਹੜੇ ਹੈਗੇ ਆ ਉਹ ਇਤਿਹਾਸ ਬਦਲਦੇ ਹੁੰਦੇ ਆ ਪਰ ਜਿਹੜੇ ਪੱਧਰ ਵੀ ਲੋਕ ਨੇ ਜੀ ਇਹ ਸੰਘਰਸ਼ਾਂ ਨੂੰ ਬਦਨਾਮ ਕਰਨ ਦਾ ਕੰਮ ਵੀ ਕਰਦੇ ਹੁੰਦੇ ਆ ਅਤੇ ਬੰਗਲਾਦੇਸ਼ ਵੀ ਹੁਣ ਇੱਦਾਂ ਹੀ ਹੋ ਰਿਹਾ ਚਾਵਲਾ ਸਾਹਿਬ ਉੱਥੇ ਹਾਲਾਤ ਚਲੋ ਕਰਫਿਊ ਲੱਗਿਆ ਸੀਗਾ ਕਰਫਿਊ ਲਾ ਤਾ ਸੀਗਾ ਕਹਿੰਦੇ ਵੀ ਗੱਡੀ ਲਾਈਨ 'ਤੇ ਆਉਣ ਲੱਗੀ ਆ ਅਤੇ ਸੰਸਦ ਭੰਗ ਹੋ ਗਈ ਆ ਫੌਜ ਨੇ ਸਾਰਾ ਕੁਛ ਸੰਭਾਲ ਲਿਆ ਫੌਜ ਨੇ ਇੱਕ ਕਮੇਟੀ ਬਣਾ ਦਿੱਤੀ ਆ ਸਰਕਾਰ ਚਲਾਉਣ ਵਾਸਤੇ ਚਲੋ ਉਹ ਸਰਕਾਰੀ ਸਿਸਟਮ ਦੇ ਨਾਲ ਚੱਲ ਰਿਹਾ ਠੀਕ ਆ ਸਾਰਾ ਕੁਛ ਹੀ ਅਤੇ ਸਾਬਕਾ ਪੀ ਐੱਮ ਸੀ ਖਾਲਦਾ ਜੀਆ ਉਹ ਕਾਫੀ ਦੇਰ ਤੋਂ ਅਰੈਸਟ ਸੀਗੇ ਜੇਲ੍ਹ ਦੇ ਵਿੱਚ ਬੰਦ ਸੀਗੇ ਉਹਨਾਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਕੱਲ੍ਹ ਚਾਵਲਾ ਸਾਹਿਬ ਅਤੇ ਸ਼ੇਖ ਹਸੀਨਾ ਪੰਜਾਬ ਭਾਰਤ ਵਿੱਚ ਆਈ ਆ ਅਤੇ ਗਾਜ਼ੀਆਬਾਦ ਵਿੱਚ ਮੇਰੇ ਖਿਆਲ 'ਚ ਠਹਿਰੀ ਆ ਉਹ ਅਤੇ ਉੱਥੇ ਅਜੀਤ ਡੋਵਾਲ ਜਿਹੜੇ ਸਾਡੇ ਸੁਰੱਖਿਆ ਸਲਾਹਕਾਰ ਨੇ ਕੇਂਦਰ ਸਰਕਾਰ ਦੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਚਲੋ ਮੁਲਾਕਾਤ ਦੇ ਤਾਂ ਹਿੰਸੇ ਬਾਹਰ ਨਹੀਂ ਆਏ ਪਰ ਜੈ ਐੱਸ ਜੈ ਸ਼ੰਕਰ ਜਿਹੜੇ ਕਿ ਵਿਦੇਸ਼ ਮੰਤਰੀ ਆ ਸਾਡੇ ਉਹਨਾਂ ਨੇ ਸੰਸਦ ਵਿੱਚ ਕਿਹਾ ਕਿ ਸ਼ੇਖ ਹਸੀਨਾ ਬਹੁਤ ਸਦਮੇ ਵਿੱਚ ਹੈ ਅਤੇ ਅਜੇ ਸਦਮੇ 'ਚੋਂ ਉੱਭਰ ਨਹੀਂ ਪਾ ਰਹੀ ਉਹ ਅਸੀਂ ਉਹਨੂੰ ਉਡੀਕ ਰਹੇ ਹਾਂ ਵੀ ਉਹ ਕਦੋਂ ਸਦਮੇ 'ਚੋਂ ਬਾਹਰ ਆਵੇ ਅਤੇ ਉਹਦੇ ਨਾਲ ਗੱਲ ਕਰੀਏ ਅਸੀਂ ਅਸੀਂ ਉਹਦੇ ਨਾਲ ਗੱਲ ਨਹੀਂ ਕਰ ਪਾ ਰਹੇ ਜੀ ਦੂਜੇ ਪਾਸੇ ਜਵਲਤ ਸਾਹਿਬ ਸ਼ੇਖ ਹਸੀਨਾ ਦਾ ਅੰਤਰਰਾਸ਼ਟਰੀ ਭਾਈਚਾਰੇ ਦਬਾਅ ਕਰਕੇ ਅਮਰੀਕਾ ਨੇ ਉਹਨਾਂ ਦਾ ਵੀਜ਼ਾ ਰੱਦ ਕਰ ਦਿੱਤਾ ਬੇਸ਼ੱਕ ਉਹਦੀ ਕੁੜੀ ਸਿਟੀਜਨ ਹੈਗੀ ਆ ਯੂਕੇ ਦੀ ਸ਼ੇਖ ਹਸੀਨਾ ਦੀ ਪਰ ਯੂਕੇ ਵੱਲੋਂ ਵੀ ਜੇਕਰ ਰੱਦ ਕੀਤਾ ਜਾਂਦਾ ਵੀਜ਼ਾ ਤਾਂ ਪ੍ਰੋਬਲਮ ਆ ਜਾਣੀ ਹੈ ਕਿਉਂਕਿ ਭਾਰਤ ਉਹਨੂੰ ਲੰਮਾ ਸਮਾਂ ਆਪਣੇ ਕੋਲ ਰੱਖ ਨਹੀਂ ਸਕਦਾ ਕਿਉਂਕਿ ਇਹਦਾ ਸੰਦਰਭ ਹੈਗਾ ਕਿ ਅੰਤਰਰਾਸ਼ਟਰੀ ਦਬਾਅ ਪੈ ਸਕਦਾ ਅਤੇ ਬੰਗਲਾਦੇਸ਼ ਸਾਡਾ ਗੁਆਂਢੀ ਮੁਲਕ ਹੈ ਅਤੇ ਗੁਆਂਢੀ ਮੁਲਕ ਹੋਣ ਕਰਕੇ ਉੱਥੇ ਵੀ ਸੰਬੰਧ ਸਾਡੇ ਕੂਟਨੀਤਿਕ ਹੋਣੇ ਚਾਹੀਦੇ ਆ ਅਤੇ ਕਈ ਸਾਰੇ ਪੱਖਾਂ 'ਚ ਉਲਝੀ ਹੋਈ ਗੱਲ ਹੈਗੀ ਆ ਚਾਵਲਾ ਸਾਹਿਬ ਸ਼ੇਖ ਹਸੀਨਾ ਵਾਸਤੇ ਕਈ ਸਾਰੀਆਂ ਮੁਸ਼ਕਲਾਂ ਅੱਗੇ ਅਜੇ ਖੜੀਆਂ ਨੇ ਜੀ 9058131320 ਢਾਕਾ ਦੇ ਵਿੱਚ ਬਹੁਤ ਵੱਡੀ ਤਰਸੱਲੀ ਮੱਚੀ ਹੋਈ ਹੈ ਅਗਜਨੀ ਦੀ ਘਟਨਾ ਵੀ ਕਾਫੀ ਹੋ ਰਹੀਆਂ ਨੇ ਹੋਟਲ ਨੂੰ ਸਾੜ ਦਿੱਤਾ ਗਿਆ ਘਰ ਸਾੜੇ ਜਾ ਰਹੇ ਨੇ ਮੰਦਰਾਂ 'ਤੇ ਅਟੈਕ ਹੋ ਰਹੇ ਨੇ ਧਾਰਮਿਕ ਸਥਾਨਾਂ 'ਤੇ ਅਟੈਕ ਹੋ ਰਹੇ ਨੇ ਕਿਉਂਕਿ ਭੀੜਾਂ ਦੇ ਜਿਹੜੇ ਨੇ ਕੋਈ ਦਿਮਾਗ ਨਹੀਂ ਹੁੰਦੇ ਨਾ ਫਿਰ ਇਹੀ ਚੱਕਰ ਹੋ ਰਿਹਾ ਜੀ ਬੜਾ ਵੱਡਾ ਨੁਕਸਾਨ ਹੋ ਰਿਹਾ ਉੱਥੇ ਸੀ ਜੀ ਮਾਰ 1320 ਮੀਟਰ ਬੈਂਡ 'ਤੇ ਅਗਰ ਦੋਸਤੋ ਤੁਹਾਡਾ ਕੋਈ ਕੁਐਸਚਨ ਹੈ 905-813
1320 ਪਤਾ ਲੱਗਾ ਕਿ ਪਟਿਆਲੇ ਦਾ ਕੋਈ ਪਰਿਵਾਰ ਵੀ ਫਸਿਆ ਉੱਥੇ। ਹਾਂ ਉੱਥੇ ਪਟਿਆਲੇ ਦਾ ਪਰਿਵਾਰ ਆ ਜੀ ਕੋਈ ਆਪਣਾ ਉੱਥੇ ਉਮਰਾਓ ਸ਼ੇਰ ਸਿੰਘ ਉੱਪਲ 7 ਸਾਲ ਪਹਿਲਾਂ ਗਿਆ ਸੀ ਉੱਥੇ ਉਹ ਅਤੇ ਬੜੀ ਤਾਰੀਫ ਕਰ ਰਿਹਾ ਉਹ ਕਹਿੰਦਾ ਬਹੁਤ ਵਧੀਆ ਮੁਲਕ ਹੈਗਾ ਬੰਗਲਾਦੇਸ਼ ਅਸੀਂ ਇੱਥੇ ਕਾਫੀ ਲੰਮੇ ਸਮੇਂ ਤੋਂ ਕੰਮ ਕਰੀ ਜਾਂਦੇ ਹਾਂ ਅਤੇ ਮੇਰਾ ਪਰਿਵਾਰ ਤਾਂ ਕਹਿੰਦਾ ਪਟਿਆਲੇ 'ਚ ਵੀ ਰਹਿੰਦਾ ਅਤੇ ਉਹ ਉਹਨੇ ਕਾਫੀ BBC ਨੇ ਕਾਫੀ ਵੱਡੀ ਰਿਪੋਰਟ ਛਾਪੀ ਆ ਉਹਦੀ BBC ਦੇ ਵਿੱਚ ਕਾਫੀ ਉਹਦੇ ਉੱਪਰ ਦੀ ਕਾਫੀ ਵੱਡੀ ਰਿਪੋਰਟ ਹੈਗੀ ਹੈ ਅਤੇ ਉਹ ਸਾਰਾ ਸਮਝਾਉਂਦਾ ਦੱਸਦਾ ਕਿ ਬੇਸ਼ੱਕ ਅਸੀਂ ਉਪੱਦਰਵੀਆਂ ਦੇ ਵਿੱਚ ਘੁਲਜੇ ਹੋਏ ਹਾਂ ਬੰਗਲਾਦੇਸ਼ ਪਰ ਫਿਰ ਵੀ ਅਸੀਂ ਇੱਥੇ ਸੇਫ ਹੈਗੇ ਹਾਂ। ਬੰਗਲਾਦੇਸ਼ ਕਹਿੰਦਾ ਬੜਾ ਅੱਛਾ ਉੱਥੇ ਕੋਈ ਕਿਸੇ ਧਾਰਮਿਕ ਤੌਰ 'ਤੇ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਪੱਗ ਬੰਨ੍ਹ ਕੇ ਕੰਮ ਕਰਦੇ ਹਾਂ ਆਪਣਾ ਪੱਗ ਬੰਨ੍ਹ ਕੇ ਪਰ ਆਹ ਹੁਣ ਜਿਹੜਾ ਨਵਾਂ ਕੰਮ ਹੋਇਆ ਇਸ ਕਰਕੇ ਥੋੜ੍ਹੀ ਜਿਹੀ ਚਿੰਤਾ ਜ਼ਰੂਰ ਹੈਗੀ ਆ। ਚਾਵਲਾ ਸਾਹਿਬ ਉੱਥੇ ਨਾ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਹਿੰਦੂਆਂ 'ਤੇ ਕਾਫੀ ਹਮਲੇ ਹੋ ਰਹੇ ਆ ਉੱਥੇ ਇਸ ਟਾਈਮ ਹਿੰਦੂਆਂ ਮੰਦਰਾਂ ਦੇ ਹੋਏ ਆ ਜੀ ਰਾਤੀ ਵੀ ਖਬਰ ਸਾਂਝੀ ਕੀਤੀ ਸਵੇਰੇ ਵੀ ਕੀਤੀ ਹੈ ਸੈਡ ਆ ਜੀ ਚਾਹੇ ਉਹ ਕੋਈ ਵੀ ਧਰਮ ਦੇ ਹੋਣ ਲੋਕ ਮਾੜੀ ਗੱਲ ਆ। 905-813-1320 ਕਿਉਂਕਿ ਇਹਦੇ ਸਿੱਟੇ ਸਹੀ ਨੇ ਨਾ ਨਿਕਲਣੇ ਮੁੜ ਕੇ ਬਿਲਕੁਲ ਕਿਉਂਕਿ ਮੁਸਲਿਮ ਬਹੁਤ ਕੰਟਰੀ ਆ ਅਤੇ ਉੱਥੇ ਜੇਕਰ ਆਪਣੇ ਧਰਮ ਦੀ ਕੋਈ ਪ੍ਰੈਕਟਿਸ ਕਰਦਾ ਅਤੇ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਅਟੈਕ ਹੁੰਦਾ ਅਤੇ ਫਿਰ ਦੂਸਰੇ ਦੇਸ਼ਾਂ ਦੇ ਵਿੱਚ ਵੀ ਤਾਂ ਉਹਨਾਂ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਨੂੰ ਨੁਕਸਾਨ ਹੁੰਦਾ ਹੀ ਹੈ ਨਾ। ਨਹੀਂ ਨਰਿੰਦਰ ਮੋਦੀ ਜੀ ਨੂੰ ਗੱਲ ਕਰਨੀ ਚਾਹੀਦੀ ਹੈ ਜੀ ਉੱਥੇ ਬੰਗਲਾਦੇਸ਼ ਵਿੱਚ ਉਹਨਾਂ ਨੂੰ ਬਚਾਉਣਾ ਆਪਣੇ ਹਿੰਦੂ ਭਾਈਚਾਰੇ ਨੂੰ ਬਚਾਉਣਾ ਚਾਹੀਦਾ ਜੀ ਉਹਨਾਂ ਨੂੰ ਹਰ ਹਾਲ 'ਤੇ ਬਚਾਉਣੇ ਚਾਹੀਦੇ ਨੇ ਜੀ। ਓਲੰਪਿਕ ਦੀ ਗੱਲ ਕਰੀਏ ਤਾਂ ਅੱਜ ਬੜਾ ਗਹਿ ਗੜਵਾਂ ਮੁਕਾਬਲਾ ਹੋਇਆ ਪੰਜਾਬੀਆਂ ਦੀ ਤਾਂ ਕਬੱਡੀ ਦਾ ਢਿੱਡੋ ਜਾਈ ਹੈ ਹੀ ਹੈ ਪੰਡੂ ਪੰਜਾਬੀਆਂ ਦਾ ਹਾਕੀ ਦੇ ਨਾਲ ਬੜਾ ਕਹਿ ਲਓ ਕਿ ਗੂੜਾ ਸੰਬੰਧ ਹੈ ਗੂੜਾ ਰਿਸ਼ਤਾ ਹੈ ਚਾਹੇ ਅਸੀਂ ਮੇਲਿਆਂ ਦੇ ਵਿੱਚੋਂ ਪਲਾਸਟਿਕ ਦੀ ਖਿਦੋ ਖੂੰਡੀ ਲਈ ਹੋਵੇ ਅਤੇ ਚਾਹੇ ਫਿਰ ਲੱਕੜ ਦੀ ਆਪ ਬਣਾਈ ਹੋਵੇ ਬਣਾਉਂਦੇ ਰਹੇ ਹਾਂ ਜੀ। ਕਿਉਂ ਕੋਈ ਵੀ ਚੀਜ਼ ਵਿੱਚ ਪਾਉਣੀ ਅਤੇ ਨਾਲੇ ਤਾਂ ਲੀਰਾਂ ਲਪੇਟ ਲੈਣੀਆਂ ਲੀਰਾਂ ਲਪੇਟ ਕੇ ਅਤੇ ਉਹ ਫਿੰਡ ਬਣਾ ਲਈ ਉਹਨੂੰ ਫਿੰਡ ਕਹਿੰਦੇ ਸੀ ਅਸੀਂ ਸਾਡੇ ਪੁਆਧ 'ਚ ਫਿੰਡ ਕਹਿੰਦੇ ਆ ਖਿਦੋ ਖੂੰਡੀ ਖਿਦੋ ਉਹਨੂੰ ਕਹਿੰਦੇ ਸੀ ਅਤੇ ਫਿਰ ਕਿੱਕਰ ਵੇਖਣੀ ਵੀ ਉਹ ਜਿਹੜੀ ਕੋਈ ਹਾਕੀ ਜੀ ਵਰਗੀ ਸ਼ਕਲ ਹੋਵੇ ਟਾਣ ਦੀ ਹੈ ਨਾ ਉਹਨੂੰ ਤੋੜ ਕੇ ਲਿਆਉਣਾ ਉਹਨੂੰ ਕੱਟਣਾ ਉਹਨੂੰ ਛਿਲਣਾ ਉਹਨੂੰ ਸੁਕਾਉਣਾ ਅਤੇ ਫਿਰ ਉਹਦੀ ਹਾਕੀ ਬਣਾਉਣੀ ਕਿਉਂਕਿ ਅੱਜ ਕੱਲ੍ਹ ਤਾਂ ਬੱਚਿਆਂ ਨੂੰ ਹਰ ਚੀਜ਼ ਉਪਲਬਧ ਵਾ ਇਕੋਨਮੀ ਬੜੀ ਮਤਲਬ ਕਹਿ ਲਓ ਕਿ ਆਪਾਂ ਤਾਂ ਹਰ ਚੀਜ਼ ਮਿਲ ਜਾਂਦੀ ਹੈ ਮਾਂ ਬਾਪ ਬੱਚਿਆਂ ਨੂੰ ਲੈ ਕੇ ਦਿੰਦੇ ਨੇ ਭਾਵੇਂ ਜਾਣ ਵੀ ਜੋਖਮ 'ਚ ਕਿਉਂ ਨਾ ਪਾਉਣ ਪਰ ਉਦੋਂ ਆਪਾਂ ਨੂੰ ਜਾਂ ਤਾਂ ਮੇਲਿਆਂ 'ਚੋਂ ਪਲਾਸਟਿਕ ਦਾ ਮਿਲ ਜਾਂਦਾ ਸੀਗਾ ਉਹਦੇ ਨਾਲ ਖੇਡਣਾ ਬਚਪਨ 'ਚ ਅਤੇ ਵੱਡੇ ਹੋ ਕੇ ਫਿਰ ਇਸ ਤਰ੍ਹਾਂ ਦੀ ਜਿਹੜੀ ਹਾਕੀ ਉਹ ਬਣਾਈ ਜਾਂਦੀ ਸੀ ਜਦੋਂ ਕੋਈ ਨਵੀਂ ਹਾਕੀ ਹੁੰਦੀ ਸੀ ਉਹਦੀ ਤਾਂ ਟੌਰਾਂ ਹੁੰਦੀਆਂ ਸੀ ਉਹ ਚੌੜਾ ਕੇ ਤੁਰਦਾ ਹੁੰਦਾ ਸੀ ਹੈ ਨਾ। ਬਿਲਕੁਲ ਜੀ ਉਹ ਤਾਂ ਫਿਰ ਵੱਡੀ ਗੱਲ ਹੈ ਮੈਂ ਤਾਂ ਫਿਰ ਲੱਲੇ ਵੀ ਖੇਡ ਲੱਲੇ ਸਾਡੇ ਪੁਆਧੀ ਖੇਤਰ ਵਾਲੇ ਲੋਕ ਸਾਡੇ ਸੁਣ ਸੁਣ ਰਹੇ ਆ ਸਾਨੂੰ ਜਾਣ ਲੱਲੇ ਖੇਡੋ ਸਾਡੀ ਹੁੰਦੀ ਸੀ ਇੱਧਰਲੇ ਬਸ ਉਹ ਬੜਾ ਬੜਾ ਖੇਡ ਹੈ ਉਹ ਕੀ ਹੁੰਦੀ ਸੀ ਉਹ ਫਿੰਡ ਬਈ ਉਹ ਫਿੰਡ ਹੁੰਦੀ ਆ ਬਸ ਖਿਦੋ ਬਣਾ ਲੈਂਦੇ ਆ ਖਿਦੋ ਜੀ ਫਿੰਡ ਜੀ ਬਣਾ ਲੈਂਦੇ ਆ ਅਤੇ ਆਪਣਾ ਬੰਦੇ ਵਿੱਚ ਇੱਕ ਖੜਿਆ ਹੁੰਦਾ ਵਿਚਾਲੇ ਅਤੇ ਉਹਦੇ ਫਿਰ ਉਹਦੇ ਮਾਰਦੇ ਆ ਅਤੇ ਉਹ ਜਿਹੜਾ ਫਿੰਡ ਹੈਗੀ ਆ ਉਹਨੂੰ ਫੜ ਕੇ ਉਹ ਉਹਦੇ ਉਹਦੇ ਜਿੰਨੀ ਦੂਰ ਤੱਕ ਮਾਰਦਾ ਫਿਰ ਉਹ ਉਹਦੇ ਨੰਬਰ ਬਣਦੇ ਨੇ ਕੁਛ ਇੱਕ ਇਹ ਹੁੰਦੀ ਸੀ ਇੱਕ ਇੱਟਾਂ ਦੀ ਢੇਰੀ ਜੀ ਬਣਾ ਕੇ ਅਤੇ ਉਹ ਉਹਦੇ 'ਤੇ ਮਾਰਨਾ ਜਿੰਨੀਆਂ ਠੀਪੜੀਆਂ ਡਿੱਗਣੀਆਂ ਇੱਕ ਨੇ ਮੁੜ ਕੇ ਫਿਰ ਰੱਖਣੀਆਂ ਹਾਂਜੀ ਮੁਕਾਬਲਾ ਹੋਇਆ ਬਹੁਤ ਸੋਹਣਾ ਖੇਡੇ ਮੁੰਡੇ ਬਹੁਤ ਵਧੀਆ ਖੇਡੇ ਚੰਗਾ ਖੇਡੇ ਉਹਨਾਂ ਲਈ ਬਹੁਤ ਸਾਰਾ ਪਿਆਰ ਭੇਜਦੇ ਹਾਂ ਬਹੁਤ ਸਾਰਾ ਸਤਿਕਾਰ ਉਹਨਾਂ ਦੇ ਮਨ ਦਾ ਸਾਡੇ ਵਿੱਚ ਕਿ ਉਹਨਾਂ ਨੇ ਇੱਥੋਂ ਤੱਕ ਇਸ ਖੇਡ ਨੂੰ ਪਹੁੰਚਾਇਆ ਬਹੁਤ ਪਿਆਰੀ ਲੱਗੀ ਖੇਡ ਅੱਜ ਉਹਨਾਂ ਦੀ ਭਾਵੇਂ ਕਿ ਪਹਿਲਾ ਗੋਲ ਜਿਹੜਾ ਸੀਗਾ ਉਹ ਭਾਰਤ ਨੇ ਕੀਤਾ ਉਦੋਂ ਭਾਰਤੀ
ਛਾਲਾਂ ਮਾਰਦੇ ਸੀਗੇ, ਮੁਬਾਰਕਾਂ ਦਿੰਦੇ ਸੀ, ਫਿਰ ਦੂਜਾ ਗੋਲ ਉਹਨਾਂ ਨੇ ਬਰਾਬਰ ਕੀਤਾ, ਫਿਰ ਦੋ ਦੋ ਹੋਏ ਅਤੇ ਫਿਰ ਅਗਲਿਆਂ ਨੇ ਤੀਜਾ ਕਰ ਦਿੱਤਾ। ਚਲੋ ਹੋ, ਇੱਕ ਪਨਲਟੀ ਸਟਾਕ ਵੀ ਸੀਗਾ, ਪਰ ਆਖਰ ਦੇ ਉੱਤੇ ਜਿਹੜਾ ਇੱਕ ਥੋੜ੍ਹਾ ਜਿਹਾ ਗਰੱਤੀ ਇੱਕ ਜਿਵੇਂ ਅੰਦਰ ਨੂੰ ਕਿਤੇ ਬਾਲ ਹੋ ਜਾਂਦੀ ਅਤੇ ਫਿਰ ਮੁਕਾਬਲਾ ਹੋਰ ਰੌਚਕ ਹੋ ਜਾਣਾ ਸੀਗਾ। ਖੈਰ ਚਲੋ, ਜਿਸ ਤਰੀਕੇ ਦੇ ਨਾਲ ਖੇਡਿਆ ਜੀ ਉਹਨਾਂ ਨੇ, ਦੋ ਮੈਦਾਨ ਦੇ ਵਿੱਚ ਜਦੋਂ ਖਿਡਾਰੀ ਖੇਡਦੇ ਨੇ ਇੱਕ ਦੀ ਪਿੱਠ ਤਾਂ ਲੱਗਣੀ ਹੁੰਦੀ ਹੈ, ਪਰ ਇਤਿਹਾਸ ਸਰਜ ਦਿੱਤਾ ਮੁੰਡਿਆਂ ਨੇ ਜੀ। ਭਾਰਤ ਹੁਣ ਸੈਮੀਫਾਈਨਲ ਦੇ ਵਿੱਚ ਜਰਮਨੀ ਤੋਂ 3-2 ਦੇ ਨਾਲ ਹਾਰਿਆ ਅਤੇ ਅਗਲਾ ਹੁਣ ਮੁਕਾਬਲਾ ਜਿਹੜਾ ਜੀ ਉਹ ਨੀਦਰਲੈਂਡ ਅਤੇ ਜਰਮਨੀ ਦਾ ਹੋਣਾ। ਪਰ ਮੈਂ ਗੱਲ ਕਰਾਂ ਫੋਗਾਟ ਦੀ, ਅਤੇ ਵੇਖ ਲਓ ਹੁਣ ਫੋਟੋਆਂ ਛਾਇਆ ਹੁੰਦੀਆਂ ਨੇ, ਇੱਕ ਪਾਸੇ ਆਪਣੇ ਹੱਕਾਂ ਦੀ ਖਾਤਰ ਜਿਵੇਂ ਉਹਨੇ ਮੋਰਚੇ ਲਾਏ ਸੀ, ਕਿਵੇਂ ਉਹਨੂੰ ਭਾਰਤੀ ਸੁਰੱਖਿਆ ਫੋਰਸਾਂ ਜਾਂ ਕਹਿ ਲਓ ਕਿ ਸਿਕਿਉਰਿਟੀ ਗਾਰਡ ਜਾਂ ਪੁਲਿਸ ਵਾਲੇ ਧੂਈ ਫਿਰਦੇ ਸੀ, ਅੱਜ ਉਹੀ ਕੁੜੀ ਉਹੀ ਭਾਰਤੀ ਚਿਹਰਾ ਭਾਰਤ ਦਾ ਨਾਂ ਰੋਸ਼ਨ ਕਰ ਰਹੀ ਹੈ। ਕੀ ਕਹਿਣਾ ਚਾਹੋਗੇ? ਬਜਰੰਗ ਪੂਨੀਆ ਨੇ ਤਾਂ ਇੱਥੇ ਤਾਂ ਕਹਿ ਤਾਂ ਕਹਿੰਦੇ ਸਾਡੀ ਸ਼ੇਰਨੀ ਕੁੜੀ, ਕਹਿੰਦਾ ਦੁਨੀਆਂ ਨੂੰ ਜਿੱਤ ਰਹੀ ਹੈ ਅਤੇ ਇੱਥੇ ਹਾਰ ਗਈ ਸੀ, ਭਾਰਤ 'ਚ ਹਾਰ ਗਈ ਸੀ, ਦੁਨੀਆਂ ਦੇ ਵਿੱਚ ਜਿੱਤ ਕੇ, ਕਹਿੰਦਾ ਉਹਨੇ ਬਜਰੰਗ। ਅੱਛਾ, ਜਿਹੜੀ ਕੁੜੀ ਹਰਾਈ ਹੈ ਨਾ ਚਾਵਲਾ ਸਾਹਿਬ, ਉਹਨੇ ਉਹ ਕਹਿੰਦੇ 4 ਵਾਰ ਦੀ ਚੈਂਪੀਅਨ ਹੈਗੀ ਹੈ, ਕਹਿੰਦੇ ਹੁਣ ਵੀ ਚੈਂਪੀਅਨ ਬਣ ਰਹੀ ਸੀ ਉਹ, ਜਿਹੜੀ ਕੁੜੀ ਉਹਨੇ ਹਰਾਈ ਹੈਗੀ ਹੈ, ਬੜੀ ਬੜਾ ਵੱਡਾ ਕਹਿੰਦੇ ਕੰਮ ਕੀਤਾ ਬਜਰੰਗ ਪੂਨੀਆ, ਤਾਂ ਬੜਾ ਉਹਨੂੰ ਸ਼ੇਰਨੀ ਆਖੀ ਜਾਂਦੇ ਆ ਜੀ। ਚਲੋ ਇਹ ਤਾਂ ਹੈਗੀ ਹੈ। ਖੈਰ ਉਹ ਵਕਤ ਸੀਗਾ ਜਦੋਂ ਜਿਹੜਾ ਬਿਰਜ ਭੂਸ਼ਣ ਸਰਨ ਸਿੰਘ ਦੇ ਖਿਲਾਫ਼ ਇਹ ਸੰਘਰਸ਼ ਕਰ ਰਹੇ ਸੀਗੇ, ਅਤੇ ਦੋਸ਼ ਬੜੇ ਖਤਰਨਾਕ ਸੀਗੇ ਬਿਰਜ ਭੂਸ਼ਣ ਉੱਤੇ, ਉਹ ਦੋਸ਼ ਨਹੀਂ ਕਿਸੇ ਵੀ ਵਿਅਕਤੀ ਉੱਤੇ ਲੱਗਣੇ ਚਾਹੀਦੇ, ਵੱਡੇ ਵਿਅਕਤੀ ਦੇ ਉੱਤੇ, ਕਿਉਂਕਿ ਜਿਹੜੇ ਪ੍ਰਭਾਵਸ਼ਾਲੀ ਲੋਕ ਹੁੰਦੇ ਆ ਨਾ ਜੀ, ਉਹ ਉਹਨਾਂ 'ਤੇ ਇਹੋ ਜਿਹੇ ਦੋਸ਼ ਨਹੀਂ ਲੱਗਣੇ ਚਾਹੀਦੇ ਜੋ ਉਹਨਾਂ 'ਤੇ ਪਹਿਲਵਾਨਾਂ ਵੱਲੋਂ ਲਗਾਏ ਗਏ ਸੀਗੇ। ਉਹੀ ਸੰਘਰਸ਼ ਕਰ ਰਹੀ ਸੀ ਬਨੇਸ਼ ਫੋਗਾਟ, ਅਤੇ ਹੁਣ ਚਲੋ ਉਹ ਜਿੱਤੀ ਆ, ਅਤੇ ਕਾਫ਼ੀ ਮਤਲਬ ਚਾਂਦੀ ਤੱਕ ਤਾਂ ਪਹੁੰਚ ਗਈ ਆ ਚਾਵਲਾ ਸਾਹਿਬ। ਅਤੇ ਅਗਲੀ ਗੱਲ ਇੱਕ ਹੋਰ ਆ, ਜਿਹੜਾ ਨੀਰਜ ਚੋਪੜਾ ਹੈਗਾ ਚਾਵਲਾ, ਨੀਰਜ ਨੇ ਸਾਰੇ ਜਾਣੇ ਇਹੀ ਦੁਆਵਾਂ ਕਰ ਰਹੇ ਨੇ, ਚਲੋ ਚਾਂਦੀ ਦੇ ਤੁਸੀਂ ਕਹਿਤਾ, ਪਰ ਉਹ ਗੋਲਡ ਲੈ ਕੇ ਆਵੇ ਤਾਂ ਮਤਲਬ ਇੱਕ ਵੱਖਰਾ ਹੀ ਇਤਿਹਾਸ ਸਿਰਜਣਾ ਉਹਨੇ। ਹਾਂਜੀ, ਪਰ ਇਹਨਾਂ ਨੂੰ ਫਰਕ ਨਹੀਂ ਪੈਣਾ, ਜਿਹੜੇ ਨਾ ਬੀਜੇਪੀ ਵਾਲੇ ਹੈਗੇ ਆ ਬਿਰਜ ਭੂਸ਼ਣ ਸਰ ਨੂੰ ਕੋਈ ਫਰਕ ਨਹੀਂ ਪੈਣਾ। ਬੇਸ਼ੱਕ ਰਾਹੁਲ ਗਾਂਧੀ ਨੇ ਉਹਨੂੰ ਮੁਬਾਰਕ ਦਿੱਤੀ ਆ, ਮੁਬਾਰਕ ਬਹੁਤ ਦਿੱਤੀ ਆ, ਬੀਜੇਪੀ ਵਾਲਿਆਂ ਵੱਲੋਂ ਕੋਈ ਮੁਬਾਰਕਬਾਦ ਉਹਨੂੰ ਦਿੱਤੀ ਹੋਈ ਕਿਸੇ ਅਖਬਾਰ 'ਚ ਮੈਂ ਪੜ੍ਹੀ ਨਹੀਂ, ਕੋਈ ਲੁਕ ਛੁਪ ਕੇ ਦਿੱਤੀ ਹੋਵੇ ਕਿਤੇ ਮੈਨੂੰ ਪਤਾ ਨਹੀਂ, ਪਰ ਬੀਜੇਪੀ ਵਾਲੇ ਕਿਸੇ ਨੇ ਉਹਨਾਂ ਨੂੰ ਮੁਬਾਰਕਬਾਦ ਨਹੀਂ ਦਿੱਤੀ। ਰਾਹੁਲ ਗਾਂਧੀ ਦੇ ਬਿਆਨ ਛਪੇ ਨੇ ਵੱਖ ਵੱਖ ਅਖਬਾਰਾਂ ਵਿੱਚ ਕਿ ਕੁੜੀ ਨੇ ਸਾਡੇ ਪ੍ਰਧਾਨ ਮੰਤਰੀ ਕੀਤਾ, ਫਿਰ ਜਦੋਂ ਮਾੜਾ ਜਿਹਾ ਕੋਈ ਓਲੰਪਿਕ ਦੇ ਵਿੱਚ ਮੋਰਚਾ ਮਾਰਦਾ ਅਤੇ ਉਹਨੂੰ ਉਸੇ ਵੇਲੇ ਹੀ ਮੁਬਾਰਕਾਂ ਦਿੰਦੇ ਸੀ। ਆ ਹੁਣ ਕ੍ਰਿਕਟ ਦੇ ਉੱਤੇ ਸਾਰਿਆਂ ਨੇ ਬੈਠ ਕੇ ਤਾਂ ਇੰਟਰਵਿਊ ਵੀ ਕੀਤੀ ਹੈ ਅਤੇ ਗੱਲਾਂ ਬਾਤਾਂ ਵੀ ਕੀਤੀਆਂ ਨੇ, ਅਤੇ ਇੰਨੇ ਵੀ ਤੁਹਾਨੂੰ ਨਾਂ ਰੋਸ਼ਨ ਕੀਤਾ, ਪਤਾ ਨਹੀਂ ਕਿਉਂ ਬਨੇਸ਼ ਫੋਗਾਟ ਬਾਰੇ ਕਿਉਂ ਚੁੱਪ ਨੇ। ਚਲੋ ਦੇਖੋ, ਮੁਬਾਰਕਾਂ ਦੇਣੀ ਪਊਗੀ, ਕੱਲ੍ਹ ਨੂੰ ਜੇ ਗੋਲਡ ਮੈਡਲ ਲੈਂਦੀ ਤਾਂ ਮੁਬਾਰਕਬਾਦ ਤਾਂ ਦੇਣੀ ਪੈਣੀ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ, ਜੋ ਮਰਜ਼ੀ ਹੋਵੇ। ਅੱਛਾ, ਇੱਕ ਲਖਨਊ ਤੋਂ ਖਬਰ ਆ ਰਹੀ ਹੈ, ਅੰਜਲੀ ਜਾਟਵ ਨੇ ਸੀਐਮ ਜੋਗੀ ਦੀ ਰਿਹਾਇਸ਼ ਦੇ ਅੱਗੇ ਖੁਦ ਨੂੰ ਅੱਗ ਲਗਾਈ ਹੈ। ਕੀ ਹੈ ਮਾਮਲਾ? ਬੱਚਾ ਨਾਲ ਸੀ ਉਹਦੇ, ਅਸਲ 'ਚ ਨਾ ਉਹਦੇ ਘਰ ਘਰੇਲੂ ਕੋਈ ਪ੍ਰੋਬਲਮ ਚੱਲ ਰਹੀ ਸੀ ਚਾਵਲਾ ਸਾਹਿਬ, ਘਰੇਲੂ ਪ੍ਰੋਬਲਮ ਕਰਕੇ ਉਹਨੂੰ ਕੁੱਟਦੇ ਮਾਰਦੇ ਸੀ ਘਰ ਦੇ ਵਿੱਚ, ਅਤੇ ਪਤੀ ਨਾਲ ਵੀ ਤੜਕਤਾਂਸ ਹੋ ਜਾਂਦੀ ਸੀਗੀ, ਅਤੇ ਉਹ ਫਿਰ ਪੁਲਿਸ ਕੋਲ ਗਈ, ਉੱਥੇ ਇੱਕ ਜਿਹੜਾ ਐਸ ਐਚ ਓ ਸੀਗਾ ਉਨਾਓ ਬਹੁਤ ਮਸ਼ਹੂਰ ਇਲਾਕਾ ਹੈ ਮੀਡੀਆ ਦੇ ਵਿੱਚ, ਅਤੇ ਉੱਥੇ ਪਹਿਲਾਂ ਬੜਾ ਖਤਰਨਾਕ ਕਾਂਡ ਵਾਪਰਿਆ ਸੀਗਾ, ਉਨਾਓ ਦੀ ਘਟਨਾ ਹੈਗੀ ਹੈ ਇਹ। ਅਤੇ ਉੱਥੇ ਜਦੋਂ ਉਹ ਆਪਣਾ ਪੁਲਿਸ ਕੋਲ ਗਈ ਅਤੇ ਜਿਹੜਾ ਦਰੋਗਾ ਸੀਗਾ ਉਹਤੇ ਇਲਜ਼ਾਮ ਲਾਏ ਨੇ, ਉਹਨੇ ਚਿੱਠੀ ਲਿਖੀ ਆ, ਚਿੱਠੀ ਵਿੱਚ ਇਲਜ਼ਾਮ ਲਾਏ ਨੇ ਵੀ ਦਰੋਗਾ ਜਿਹੜਾ ਹੈਗਾ ਉਹ ਬੜਾ ਗਲਤ ਹੈਗਾ, ਉਹ ਪੈਸੇ ਮੰਗਦਾ ਅਤੇ ਹੋਰ ਵੀ
ਉਹ ਜਿਹੜਾ ਹੈਗਾ ਉਹਨੂੰ ਗਲਤ ਕਿਹਾ, ਕਾਫੀ ਗਲਤ ਕਿਹਾ ਸਿੱਠੀ ਦੇ ਵਿੱਚ। ਤੇ ਉਹ ਫਿਰ ਗਈ ਸੀ ਮਿਲਣ ਵਾਲ ਜਿਹੜੇ ਜਿੱਥੇ ਨਾ ਜੀ ਉਹ ਸ਼ਿਕਾਇਤਾਂ ਸੁਣਦੇ ਨੇ ਲੋਕ, ਉੱਥੇ ਗਈ ਸੀ, ਇਹ ਵੀ ਕੋਈ ਕਾਰਵਾਈ ਨਹੀਂ ਸੁਣੀ, ਸੁਣਾਈ ਸੁਣਵਾਈ ਨਹੀਂ ਹੋਈ ਜੀ ਕੁੜੀ ਦੀ ਕਿਤੇ। ਤੇ ਉਸ ਤੋਂ ਬਾਅਦ ਫਿਰ ਉਹਨੇ ਕੱਲ ਸੀਐਮ ਦੀ ਕੋਠੀ ਦੇ ਬਾਹਰਲੇ ਪਾਸੇ ਆ ਕੇ ਖੜੀ ਤੇ ਬੱਚਾ ਆਪਣੀ ਗੋਦੀ ਚੋਂ ਲਾ ਕੇ ਇੱਕ ਪਾਸੇ ਰੱਖਿਆ ਤੇ ਆਪਣੇ ਆਪ ਤੇ ਹੀ ਬੋਤਲ ਕੱਢ ਕੇ ਆਪਣੇ ਬੈਗ ਚੋਂ ਤੇ ਆਪਣੇ ਉੱਪਰ ਛਿੜਕ ਲਿਆ ਤੇਲ ਤੇ ਅੱਗ ਲਾ ਲਈ। ਤੇ ਉਹ ਕਾਫੀ ਤੜਫ ਰਹੀ ਸੀਗੀ ਉਹ, ਤੇ ਬੱਚੇ ਵੱਲ ਉਂਗਲੀ ਕਰ ਰਹੀ ਸੀਗੀ, ਅੱਗ ਲੱਗੀ ਹੋਈ ਵੀ ਉਹਦੀ ਬੱਚੇ ਵੱਲ ਉਂਗਲ ਸੀਗੀ। ਤੇ ਉਹ ਨਾਲ ਦੀ ਨਾਲ ਪੁਲਿਸ ਦੇ ਹੋਰ ਨਾਲ ਦੇ ਬੰਦੇ ਖੜੇ ਆ ਉੱਥੇ, ਉਹਨਾਂ ਨੂੰ ਬੁਝਾਇਆ ਤੇ ਕਾਫੀ ਗੰਭੀਰ ਹੈਗੀ ਆ ਤੇ ਕਾਫੀ ਉਹਦੀ ਹਾਲਾਤ ਗੰਭੀਰ ਹੈਗੀ ਆ। ਤੇ ਉਹਨੇ ਦਰੋਗੇ ਦੇ ਉੱਪਰ ਕਾਫੀ ਵੱਡੇ ਇਲਜ਼ਾਮ ਲਾਏ ਨੇ ਚੌੜਾ ਸਾਹਿਬ ਚ। ਦੋਸਤੋ 905-813-1320, 905-813-1320 ਭਗਵੰਤ ਮਾਨ ਜੀ ਘੇਰਦੇ ਨਜ਼ਰ ਆ ਰਹੇ ਨੇ, ਕਿਹਾ ਕਿ ਬੇਅਦਬੀ ਮਾਮਲੇ ਵਿੱਚ ਨਵੇਂ ਦਸਤਾਵੇਜ਼ ਸਾਹਮਣੇ ਆਏ ਨੇ। ਨਾਲ ਇੱਕ ਹੋਰ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਮਾਫ਼ੀ ਗਲਤੀ ਦੀ ਹੁੰਦੀ ਹੈ, ਗੁਨਾਹਾਂ ਦੀ ਨਹੀਂ। ਗੁਨਾਹਾਂ ਦੀ ਤਾਂ ਦੋ ਗੱਲਾਂ ਹੁੰਦੀ ਹੈ, ਸਜ਼ਾ ਗੁਨਾਹ ਦੀ ਸਜ਼ਾ ਹੁੰਦੀ ਹੈ, ਬਿਲਕੁਲ ਇਹ ਗੱਲ ਲਾਜ਼ਮੀ ਕਹਿੰਦੇ ਹੋਵੇਗੀ। ਦੋ ਗੱਲਾਂ ਸਾਹਮਣੇ ਆ ਗਈਆਂ ਚਾਵਲਾ ਸਾਹਿਬ, ਇੱਕ ਤਾਂ ਉਹਨਾਂ ਦੇ ਦਸਤਾਵੇਜ਼ ਸਾਹਮਣੇ ਆ ਗਏ ਨੇ ਸਾਡੇ ਕੋਲ, ਚੰਦ ਦਿਨਾਂ ਦੇ ਵਿੱਚ ਤੁਹਾਨੂੰ ਬੜਾ ਕੁਛ ਨਜ਼ਰ ਆਏਗਾ। ਦੂਜੀ ਗੱਲ ਆ ਵੀ ਜਿਹੜੇ ਇਹ ਬੰਦੇ ਲੋਕ ਨੇ ਗਲਤੀਆਂ ਜਾ ਕੇ ਉੱਥੇ ਮੰਨੀ ਜਾਂਦੇ ਆ ਤੇ ਆਪਣੇ ਆਪ ਨੂੰ ਪੇਸ਼ ਕਰਦੇ ਆ, ਕਹਿੰਦਾ ਗਲਤੀ ਜਿਹੜੀ ਗਲਤੀ ਦੀ ਤਾਂ ਮਾਫ਼ੀ ਹੋ ਸਕਦੀ ਆ ਪਰ ਗੁਨਾਹਾਂ ਦੀ ਨਹੀਂ। ਹੁਣ ਦੋ ਜੇ ਆਪਾਂ ਇਹਨਾਂ ਨੂੰ ਰਲਗੱਡ ਕਰ ਲਈਏ ਤਾਂ ਬੜਾ ਖਤਰਨਾਕ ਹੈ, ਸ਼ਾਇਦ ਕੋਈ ਵੱਡਾ ਦਸਤਾਵੇਜ਼ ਹੱਥ ਲੱਗਿਆ ਭਗਵੰਤ ਮਾਨ ਦੇ ਤੇ ਉਹ ਸ਼ਾਇਦ ਉਹਨੂੰ ਉਲਝਾਵੇਗਾ ਉਹ। ਪਰ ਇੱਥੇ ਸੌਰੀ ਟੂ ਇੰਟਰਪਟ ਯੂ, ਭਗਵੰਤ ਮਾਨ ਜੀ ਦੇ ਹੱਥ ਵਿੱਚ ਬੜੇ ਦਸਤਾਵੇਜ਼ ਲੱਗਦੇ ਨੇ, ਕਦੀ ਉਜਾਗਰ ਤੇ ਉਹਨਾਂ ਨੇ ਕੀਤੇ ਨੇ? ਅਸਲ ਚ ਉਹ ਪੋਲੀਟੀਸ਼ਨ ਆ ਚਾਵਲਾ ਸਾਹਿਬ, ਪੋਲੀਟੀਸ਼ਨ ਜਿਹੜੇ ਹੁੰਦੇ ਆ ਨਾ ਜੀ ਉਹ ਜਨਤਾ ਨੂੰ ਓਦਾਂ ਹੀ ਬੁੱਧੂ ਬਣਾਉਂਦੇ ਆ ਜਿੱਦਾਂ ਉਹਨਾਂ ਨੂੰ ਬਣਾਉਣਾ ਚਾਹੀਦਾ, ਵੈਸੇ ਨਹੀਂ ਬਣਾਉਣਾ ਚਾਹੀਦਾ। ਭਗਵੰਤ ਮਾਨ ਵੀ ਉਸੇ ਕੈਟਾਗਰੀ ਵਿੱਚ ਆ ਗਏ ਆ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ। ਆਸੋ ਖੁਲਾਸ ਦੇ ਸਾਡੇ ਕੋਲ ਪੇਪਰ ਆ ਗਿਆ, ਕੁਛ ਨਹੀਂ ਕੀਤਾ ਉਹਨਾਂ ਦਾ, ਕੀ ਕੀਤਾ? ਆ ਪਹਿਲੀ ਵਾਰੀ ਥੋੜੀ ਆ ਕਿ ਬੇਅਦਬੀ ਮਾਮਲੇ ਦੇ ਵਿੱਚ ਇਹਨਾਂ ਕੋਲ ਕੋਈ ਪੇਪਰ ਆਏ ਆ, ਬਹੁਤ ਕੁਝ, ਕਈ ਕਿੰਨਾ 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 ਥਾਵਾਂ ਦੇ ਉੱਤੇ। ਹੁਣ ਜਿਹੜੀ ਆ ਨਹਿਰ ਬਣਾ ਰਹੇ, ਸਭ ਤੋਂ ਪਹਿਲੀ ਨਹਿਰ ਆ ਜੀ ਇਹ ਆਜ਼ਾਦੀ ਤੋਂ ਪਹਿਲਾਂ ਆਬਾਦ ਦੀ, ਦੱਸੋ ਮਾਲਵਾ ਨਹਿਰ, ਮਾਲਵਾ ਨਹਿਰ ਚਾਵਲਾ ਸਾਹਿਬ, ਸਭ ਤੋਂ ਪਹਿਲੀ ਨਹਿਰ ਹੈ। ਝੂਠ ਦਾ ਵੀ ਕੋਈ ਯਾਰ ਹੱਦ ਹੁੰਦੀ ਆ, ਅਸੀਂ ਕੋਈ ਦੋਸ਼ੀ ਨਹੀਂ, ਇਹਨਾਂ ਦੇ ਕੋਈ ਦੁਖੀ ਨਹੀਂ ਗੇ, ਕੋਈ ਇਹਨਾਂ ਦੇ ਵਿਰੋਧੀ ਨਹੀਂ ਗੇ, ਪਰ ਜਿੱਥੇ ਝੂਠ ਆ ਜਿਹਨਾਂ ਨੂੰ ਮਾੜਾ ਮੋਟਾ ਪਹਿਲਾਂ ਪਤਾ ਕਿ ਨਹਿਰਾਂ ਪਹਿਲਾਂ ਬਣੀਆਂ ਨੇ, ਕਿਉਂ ਨਹੀਂ ਬਣੀਆਂ? ਆਜ਼ਾਦੀ ਤੋਂ ਬਾਅਦ ਬਹੁਤ ਸਾਰੀਆਂ ਨਹਿਰਾਂ ਬਣੀਆਂ ਨੇ। ਖੈਰ ਐਨੀਵੇ, 905-813-1320, 905-813-1320। ਭਗਵੰਤ ਮਾਨ ਜੀ ਨੇ ਇੱਕ ਹੋਰ ਗੱਲ ਕਹੀ ਹੈ, ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਮੁਫ਼ਤ ਬਿਜਲੀ ਲੈਣ ਵਾਲੇ ਕਿਸਾਨ ਘੱਟੋ ਘੱਟ 5 ਰੁੱਖ ਲਾਉਣ। ਪਹਿਲਾਂ ਕਾਲਰ ਨੇ 4684, ਵੈਲਕਮ ਜੀ। ਗੱਲ ਇਹ ਚਾਵਲਾ ਸਾਹਿਬ, ਭਗਵੰਤ ਮਾਨ ਨੇ ਕੁਛ ਨਹੀਂ ਕਰਨਾ, ਭਗਵੰਤ ਮਾਨ ਕੇਜਰੀਵਾਲ ਸਾਹਿਬ ਨੂੰ ਆਪਣਾ ਪ੍ਰਾਈਮ ਮਿਨਿਸਟਰ ਬਣਾਉਣ ਲਈ ਜਾ ਰਹੇਗਾ, ਇਸ ਕਰਕੇ ਕੁਛ ਨਹੀਂ ਹੋਣਾ, ਇਹ ਸਾਰੇ ਬਿਆਨ ਹੀ ਆ ਜੀ, ਬਿਆਨ ਹੀ ਆ। ਥੈਂਕ ਯੂ ਜੀ, ਸੋ ਨਾਈਸ ਸਾਹਿਬ, ਥੈਂਕ ਯੂ, ਤੁਹਾਡਾ ਵਿਚਾਰ ਆ ਜੀ। ਹਾਂਜੀ, ਕੀ ਕਹਿਣਾ ਚਾਹੋਗੇ? ਇਹ ਚਾਵਲਾ ਸਾਹਿਬ, ਅਸਲ ਚ ਜਿਹੜਾ ਉਹਨਾਂ ਨੇ ਭਗਵੰਤ ਮਾਨ ਦਾ ਕਰਨਾ ਨਹੀਂ ਕਰਨਾ, ਅੱਛਾ ਤੁਸੀਂ ਗੱਲ ਕਰ ਰਹੇ ਸੀ ਉਹਦੀ ਜਿਹੜੀ ਉਹ ਨਹਿਰ ਵਾਲੀ ਗੱਲ ਕਰੇ, ਭਗਵੰਤ ਮਾਨ ਵਾਲੀ ਜੀ, ਉਹ ਦਰਖਤ ਲਾਉਣ ਵਾਲੀ, 5 ਰੁੱਖ ਲਾਉਣ ਜਿਹਨਾਂ ਨੂੰ, ਮੈਂ ਦਰਖਤ ਲਾਉਣ ਵਾਲੀ ਗੱਲ, ਮੈਂ ਨਾ ਉਹ ਕਾਲਰ ਦੇ ਧਿਆਨ ਜ਼ਿਆਦਾ ਚਲਾ ਗਿਆ ਸੀ ਮੇਰਾ ਉੱਧਰ, ਮੈਂ ਸ਼ਾਇਦ ਕੋਈ ਵੱਡੀ ਗੱਲ ਕਰੂੰਗੀ ਉਹ, ਚਲੋ ਵੱਡੀ ਗੱਲ ਹੀ ਆ।
ਤੇ ਉਹਨਾਂ ਨੇ ਰੁੱਖ ਲਾਉਣ ਵਾਸਤੇ, ਦੇਖੋ ਚਾਵਲਾ ਸਾਹਿਬ ਕਿਸਾਨ ਸਾਡੇ ਭਰਾ ਹੈਗੇ ਨੇ ਜੀ, ਕਿਸਾਨ ਦੇ ਧਰਨੇ ਕਿਸਾਨਾਂ ਦਾ ਵੱਖ ਵੱਖ ਥਾਵਾਂ ਉੱਤੇ ਆਪਣੇ ਹੱਕਾਂ ਨੂੰ ਲੈਣ ਵਾਸਤੇ ਜਾਗਰੂਕ ਹੋਣਾ ਤੇ ਸੰਘਰਸ਼ ਦੀ ਸੰਘਰਸ਼ੀ ਰਾਹ ਪੈਣਾ, ਹਰ ਹਰ ਗੱਲ 'ਤੇ ਸੰਘਰਸ਼ ਕਰਨਾ। ਜੇ ਕੋਈ ਕਿਸਾਨ ਦੇ ਫਰਜ਼ ਕਰ ਲਓ ਕਿਸੇ ਨਾਲ ਗੁਆਂਢੀ ਲੜਾਈ ਪੈ ਗਈ ਤਾਂ ਵੀ ਸਾਡੇ ਕਿਸਾਨ ਧਰਨਾ ਲਾ ਦਿੰਦੇ ਆ, ਗੁਆਂਢੀ ਹੋ ਗੁਆਂਢੀ ਦੇ ਵਿਰੋਧੀ, ਭਾਵੇਂ ਕਿ ਉਹ ਕਿਸਾਨ ਹੀ ਹੋਵੇ ਗੁਆਂਢੀ ਵੀ, ਤੇ ਪਰ ਉਹਨਾਂ ਦਾ ਯੂਨੀਅਨ ਦਾ ਬੰਦਾ ਹੋਣਾ ਚਾਹੀਦਾ ਜਿਹਦੇ ਪੱਖ 'ਚ ਖੜਨਾ ਉਹਨਾਂ ਨੇ। ਤੇ ਕਿਸਾਨ ਕਿਸਾਨਾਂ ਦਾ ਪੰਜਾਬ ਦੇ ਵਿੱਚ ਮਜ਼ਬੂਤ ਔਰਾ ਹੈਗਾ ਚਾਵਲਾ ਸਾਹਿਬ, ਇਸ ਟਾਈਮ ਮਜ਼ਬੂਤ ਔਰਾ, ਪੰਜਾਬ ਦੇ ਹੀਰੋ ਕਰਕੇ ਅਸੀਂ ਜਾਣਦੇ ਹਾਂ ਉਹਨਾਂ ਨੂੰ, ਤੇ ਹੀਰੋ ਤੋਂ ਅਸੀਂ ਚੰਗੀ ਆਸ ਹੀ ਰੱਖਦੇ ਹਾਂ, ਚੰਗੀ ਆਸ ਹੀਰੋ ਸਾਨੂੰ ਹੁੰਦੀ ਵੀ ਸਾਡਾ ਹੀਰੋ ਆ। ਤੇ ਫਿਲਮਾਂ ਦੇ ਵਿੱਚ ਜੇ ਕੋਈ ਹੀਰੋ ਗਲਤ ਗੱਲ ਕਰਦਾ ਹੋਵੇ ਤਾਂ ਉਹਨੂੰ ਹੀਰੋ ਨਹੀਂ ਕਹਿੰਦੇ, ਇਹਨੂੰ ਵਿਲਨ ਕਹਿੰਦੇ ਆ, ਤੇ ਇਸ ਕਰਕੇ ਹੀਰੋ ਤੋਂ ਚੰਗੀ ਆਸ ਹੀ ਰੱਖਦੇ ਹਾਂ ਅਸੀਂ, ਤੇ ਹੀਰੋ ਤੋਂ ਹੁਣ ਆਸ ਭਗਵੰਤ ਮਾਨ ਨੇ ਰੱਖੀ, ਮੁਫ਼ਤ ਬਿਜਲੀ ਲੈ ਰਹੇ ਨੇ, ਉਹਨਾਂ ਨੂੰ ਆਪਣੇ ਕਿਸੇ ਵੀ ਥਾਂ ਤੇ ਪੰਜ ਰੁੱਖ ਲਾਉਣੇ ਚਾਹੀਦੇ ਆ, ਤੇ ਲਾਉਣੇ ਚਾਹੀਦੇ ਚਾਹੇ ਹਰਜ ਵੀ ਕੀ ਹੈ, ਪੰਜ ਰੁੱਖ ਕੇ ਦਸ ਰੁੱਖ ਲਾਉਣ ਜੀ, ਉਹ ਤਾਂ ਵੱਧ ਰੁੱਖ ਲਾਉਣ ਤਾਂ ਜੀ ਕੀ ਦਿੱਕਤ ਕੀ ਇਹਦੇ ਵਿੱਚ। ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਵੱਲੋਂ 15 ਅਗਸਤ ਨੂੰ ਬਾਈਕਾਟ ਕਰਨ ਦਾ ਅਲਟੀਮੇਟਮ, ਦੋ ਲਾਈਨਸ ਨੇ ਮੇਰੇ ਕੋਲ, ਪਹਿਲਾਂ ਦੇਖਦੇ ਆ ਕੀ ਕਹਿਣਾ ਚਾਹੁੰਦੇ ਆ। ਵੈਲਕਮ ਜੀ, ਹੈਲੋ, ਹੈਲੋ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਆਪਣਾ ਅਕੀਦਾ ਸਾਹਿਬ ਨੂੰ ਮੇਰਾ ਸਵਾਲ ਹੈਗਾ, ਜਿੱਦਾਂ ਹੁਣ ਅਕਾਲੀ ਪਾਰਟੀ ਦਾ ਚੱਕਰ ਪਿਆ ਹੋਇਆ ਹੈ, ਸੁਖਬੀਰ ਬਾਦਲ ਦੀਆਂ ਪਹਿਲਾਂ ਤਾਂ ਇੱਕ ਚਿੱਠੀ ਜਨਮ ਤੱਕ ਹੋ ਗਈ ਸੀ, ਹੁਣ ਦੂਸਰੀ ਫਿਰ ਲੀਕ ਹੋ ਗਈ ਆ, ਇਹ ਲੀਕ ਜਾਣ ਕੇ ਕਰਾਈ ਜਾ ਰਹੀ ਹੈ ਤਾਂ ਕਿ ਪਬਲਿਕ ਦਾ ਧਿਆਨ ਦੂਜੇ ਪਾਸੇ ਵਰਤਿਆ ਜਾਂ ਕਰਤ ਕੀਤਾ ਜਾਵੇ, ਜਾਂ ਕਿ ਇਹਦੇ ਵਿੱਚ ਪਿੱਛੇ ਹੋਰ ਕੋਈ ਮਨਸ਼ਾ ਹੈਗੀ ਆ। ਦੂਸਰਾ ਕਿ ਹੁਣ ਜਿਹੜਾ ਜਥੇਦਾਰ ਸਾਹਿਬ ਨੇ ਅਕਾਲ ਤਖ਼ਤ ਦੇ ਸਿੰਘ ਸਾਹਿਬ ਰਘਵੀਰ ਸਿੰਘ ਹੋਣੀ, ਇਹ ਤੁਹਾਡਾ ਕੀ ਲੱਗਦਾ ਕਿ ਇਹ ਸਟੈਂਡ ਲੈਣਗੇ ਕਿ ਉਹ ਜਿੱਦਾਂ ਪਹਿਲਾਂ ਜਥੇਦਾਰ ਨਿਕਲੇ ਆ ਉਸ ਤਰ੍ਹਾਂ ਦਾ ਹੀ ਇਹ ਲੋਕ ਕੰਮ ਕਰਨਗੇ? ਦੱਸੋ ਜੀ। ਲੱਗਦਾ ਤੁਸੀਂ ਰੈਗੂਲਰ ਅਗਲਾ ਪੰਜਾਬ ਨਹੀਂ ਸੁਣਦੇ। ਥੈਂਕ ਯੂ। ਇਹਦੇ ਉਹ ਅਸਲ 'ਚ ਨਾ ਜਿਹੜਾ ਚਿੱਠੀ ਲੀਕ ਨਹੀਂ ਕੀਤੀ ਉਹਨਾਂ ਨੇ, ਚਿੱਠੀ ਸਿੰਘ ਸਾਹਿਬਾਂ ਦੀ ਮੀਟਿੰਗ ਹੋਈ ਸੀਗੀ, ਉਹ ਸਿੰਘ ਸਾਹਿਬ ਤਿੰਨ ਸਿੰਘ ਸਾਹਿਬਾਨ ਸੀ ਉਹਦੇ, ਸੁਲਤਾਨ ਸਿੰਘ ਸੀ ਕੇਸਗੜ੍ਹ ਸਾਹਿਬ ਦੇ, ਅਤੇ ਗਿੰਦਰ ਰਘਵੀਰ ਸਿੰਘ ਸੀਗੇ, ਅਤੇ ਭਾਈ ਹਰਪ੍ਰੀਤ ਸਿੰਘ ਦਮਦਮਾ ਸਾਹਿਬ ਵਾਲੇ ਸੀਗੇ। ਉਹਨਾਂ ਨੇ ਚਿੱਠੀ ਵਾਸਤੇ ਉਹਨੇ ਚਿੱਠੀ ਬਾਹਰ ਕੱਢੀ ਆ, ਖੋਲ੍ਹੀ ਆ, ਖੋਲ੍ਹ ਕੇ ਚਿੱਠੀ ਤਲਵਿੰਦਰ ਸਿੰਘ ਬੁੱਟਰ ਜਿਹੜੇ ਉਹਨਾਂ ਦੇ ਮੀਡੀਆ ਸਲਾਹਕਾਰ ਹੈਗੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ, ਉਹਨਾਂ ਨੇ ਫਿਰ ਉਹ ਚਿੱਠੀ ਬਾਹਰ ਦਿੱਤੀ ਆ, ਜਾਣ ਬੁੱਝ ਦਿੱਤੀ ਆ, ਲੀਕ ਨਹੀਂ ਕੀਤੀ, ਉਹ ਚਿੱਠੀ ਓਪਨ ਦਿੱਤੀ ਆ ਤੇ ਰਿਕਾਰਡ ਤੌਰ ਤੇ ਦਿੱਤੀ ਆ। ਪਬਲਿਕਲੀ ਆਉਣੀ ਵੀ ਚਾਹੀਦੀ ਸਾਹਮਣੇ ਕਿ ਤੁਸੀਂ ਵੇਖੋ ਬਾਕੀਆਂ ਦੀ ਆਉਂਦੀ ਹੈ ਤੇ ਇਹਨਾਂ ਦੀ ਕਿਉਂ ਨਹੀਂ ਆਉਣੀ ਚਾਹੀਦੀ? ਹਨ ਚਿੱਠੀ ਆ ਗਈ ਆ ਤੇ ਚਿੱਠੀ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਇੰਜ ਕਿਹਾ ਵੀ ਅਸੀਂ ਤੁਹਾਡੇ ਪੇਸ਼ ਹੁੰਦੇ ਹਾਂ, ਤੁਸੀਂ ਗੁਨਾਹਾਂ ਦੀ ਮਾਫ਼ੀ ਮੰਗਦੇ ਹਾਂ, ਜੋ ਵੀ ਸਾਡੀ ਸਰਕਾਰ ਨੇ ਜਾਂ ਪਾਰਟੀ ਨੇ ਗਲਤ ਕੀਤਾ, ਮੈਂ ਆਪਣੇ ਸਿੱਧੇ ਨਾਲ ਸੰਤ ਨੂੰ ਜੋ ਵੀ। ਦੂਜੀ ਗੱਲ ਸਵਾਲ ਕੀਤਾ, ਬੜਾ ਉਹ ਬੜਾ ਖਤਰਨਾਕ ਸਵਾਲ ਹੈ, ਜਿਹੜਾ ਉਹਨਾਂ ਨੇ ਕਿਹਾ ਕਿ ਜੀ ਕੀ ਕਹਿੰਦੇ ਰਘਵੀਰ ਸਿੰਘ ਕੋਈ ਕਾਰਵਾਈ ਕਰਨਗੇ, ਤੇ ਉਹ ਮੇਰੇ ਖਿਆਲ ਚਾਵਲਾ ਸਾਹਿਬ ਕੱਲ ਪ੍ਰੋਗਰਾਮ ਵਿੱਚ ਕਾਫੀ ਵੱਡੀ ਗੱਲ ਕਹਿ ਗਏ ਕਿ ਜਿਹੜੇ ਕਿ ਪੈਰਾਂ 'ਚ ਬੈਠੇ ਹੋਣ ਬੰਦੇ ਉਹ ਕਾਹਨੂੰ ਕਿਸੇ ਦੇ ਖਿਲਾਫ਼ ਕਾਰਵਾਈ ਕਰਦੇ ਹੁੰਦੇ ਆ, ਤੇ ਕਾਰਵਾਈ ਕਰਨੀ ਪੈਣੀ ਆ, ਜੇ ਨਹੀਂ ਕਾਰਵਾਈ ਕੀਤੀ ਸੁਖਬੀਰ ਗੋਂਗਲਵਾ ਤੋਂ ਮਿੱਟੀ ਝੜਨੀ ਆ, ਅੱਜ ਝੜ ਜੇ ਕੱਲ ਝੜ ਜੇ। ਅਸੀਂ ਸਵੇਰ ਦੇ ਪ੍ਰੋਗਰਾਮ 'ਚ ਪੱਟੀ ਸਾਹਿਬ ਨੇ ਤੇ ਮੈਂ ਜ਼ਿਕਰ ਕੀਤਾ ਸੀ ਕਿ ਇਹੋ ਜਿਹੀਆਂ ਕਤਿੱਤਾਂ ਤੇ ਇਹੋ ਜਿਹੀਆਂ ਕਾਰਨਾਮੇ ਕਰਨ ਵਾਲੇ, ਇਹੋ ਜਿਹੇ ਬਜਰ ਗੁਨਾਹਾਂ ਕਰਨ ਵਾਲਿਆਂ ਨੂੰ ਪੰਥ ਵਿੱਚੋਂ ਖਾਸ ਤੌਰ 'ਤੇ ਜਾਂ ਪੰਥ ਵਿੱਚੋਂ ਜਾਂ ਫਿਰ ਰਾਜਨੀਤਿਕ ਤੌਰ 'ਤੇ ਇਹਨਾਂ ਦੇ ਨਾਲ ਜਿਹੜੀਆਂ ਸਾਂਝਾਂ 5 ਸਾਲ ਹੀ ਖਤਮ ਕਰ ਦਿੱਤੀਆਂ ਜਾਣੀ ਚਾਹੀਦੀ। ਅਤੇ ਅੱਜ ਭਾਈ ਮਨਜੀਤ ਸਿੰਘ ਉਹਨਾਂ ਨੇ ਇਹ ਆਵਾਜ਼ ਵੀ ਉਠਾਤੀ, ਕਿਉਂਕਿ ਉਹਨਾਂ ਤੱਕ ਪਹੁੰਚ ਗਿਆ ਇਹ ਮੈਸੇਜ ਕਿ ਇਹੋ ਜਿਹੀਆਂ ਵੀ ਜਿਹੜੀਆਂ ਸਜ਼ਾਵਾਂ ਹੋਣੀ ਚਾਹੀਦੀ। ਆਹ ਕੋਈ ਸਜ਼ਾ ਥੋੜ੍ਹੀ ਆ, ਇਹ ਤਾਂ ਭੂਤਰੇ ਫਿਰਦੇ ਨੇ ਹੋਰ, ਇਹ ਸਾਨੂੰ ਵੱਧ ਤੋਂ ਵੱਧ ਕੀ ਆ, ਦੇਗ ਕਰਾਉਣ ਲਈ ਕਹਿ ਦੇਣਗੇ, ਜੁੜੇ ਝਾੜਨ ਲਈ ਕਹਿ ਦੇਣਗੇ, ਲੰਗਰ 'ਚ ਸੇਵਾ ਕਰਨ ਲਈ ਕਹਿ ਦੇਣਗੇ, ਅਖੰਡ ਪਾਠ ਸਾਹਿਬ ਕਰਾਉਣ ਲਈ ਕਹਿ ਦੇਣਗੇ। ਇਹ ਤਾਂ ਸਿੱਖ ਲੱਭਦਾ ਆ,
ਇਹ ਸੇਵਾ ਤੇ ਸਿੱਖ ਲੱਭਦਾ ਉਹ ਨਹੀਂ ਮੰਨਦੇ ਉਹ ਚਾਲ ਸਾਹਿਬ ਮੰਨ ਨਹੀਂ ਰਹੇ ਨਾ ਜੀ ਵੀ ਅਸੀਂ ਗਲਤੀ ਕੀਤੀ ਬਸ ਚਲੋ ਵੇਖਦੇ ਹਾਂ ਗਲਤੀਆਂ ਜਾਣੇ ਅਣਜਾਣੇ ਚ ਗਲਤੀਆਂ ਹੋ ਗਈਆਂ ਜਾਣੇ ਅਣਜਾਣੇ ਚ ਗਲਤੀਆਂ 30 ਅਗਸਤ ਨੂੰ ਮੀਟਿੰਗ ਰੱਖੀ ਹੈ ਚਾਵਲਾ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਥ ਸਿੰਘ ਸਾਹਿਬਾਨਾਂ ਦੀ ਇਸ ਮੁੱਦੇ ਤੇ ਹੁਣ ਇਹ ਮੁੱਦਾ ਵਿਚਾਰਿਆ ਜਾਊਗਾ ਤੇ ਹੋਰ ਪਰ ਇਹ ਮੀਡੀਆ ਵਿੱਚ ਇਹ ਗੱਲ ਆ ਵੀ 30 ਅਗਸਤ ਨੂੰ ਇਸੇ ਮੁੱਦੇ ਤੇ ਇੰਨਾ 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 ਫਿਰ ਵਿਡੰਬਰ ਕਰਨ ਦੀ ਕੀ ਲੋੜ ਸੀ ਅਖੰਡ ਪਾਠ ਸਾਹਿਬ ਕਰਾਉਂਦੇ ਆਪਣੇ ਘਰ ਦੇ ਵਿੱਚ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਵਰਕ ਸਾਧਨੇ ਤੁਸੀਂ ਉੱਥੇ ਅਰਦਾਸ 'ਚ ਕਰਵਾ ਦਿੰਦੇ ਵੀ ਸਾਡੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਰਾਜ ਕਰਦੇ ਹਾਂ ਸਾਡੇ ਪਰਿਵਾਰ ਦੇ ਕੋਲੋਂ ਕੋਈ ਗਲਤੀ ਹੋ ਗਈ ਤਾਂ ਬਾਬਾ ਜੀ ਮਾਫ਼ ਕਰੋ ਸਿੱਧਾ ਹੀ ਸਿੱਧਾ ਹੀ ਅਰਦਾਸ ਕਰ ਲੈਂਦੇ ਕਿ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਕੀ ਲੈ ਕੇ ਆਉਣ ਦੀ ਲੋੜ ਸੀ ਗਲਤੀਆਂ ਤਾਂ ਬੜੀਆਂ ਚੱਲ ਰਹੀਆਂ ਚਲੋ ਕਾਲਰ ਨੇ ਬੰਨਿਆ ਦੇਖਦੇ ਹਾਂ ਕਹਿਣਾ ਚਾਹੁੰਦੇ ਵੈਲਕਮ ਜੀ ਹਾਂਜੀ ਅਕੀਦਾ ਜੀ ਸਤਿ ਸ੍ਰੀ ਅਕਾਲ ਤੇ ਚਾਵਲਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦੇਖੋ ਜੀ 9 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਇਆ ਤੇ ਉਹਦੇ ਜਿਹੜੇ 2 ਨੌਜਵਾਨ ਮੁੰਡੇ ਉਹਨਾਂ ਦਾ ਕਤਲ ਹੁਣ ਮੈਂ ਅਕੀਦਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਤੇ ਕਤਲਾਂ ਦੀ ਮਾਫ਼ੀ ਹੁੰਦੀ ਆ ਜਾਂ ਸਜ਼ਾ ਹੁੰਦੀ ਆ ਹਾਂਜੀ ਤੇ ਇਹ ਮੈਨੂੰ ਦੱਸਣ ਵੀ ਇਹ ਕਹਿੰਦੇ ਸਾਨੂੰ ਮਾਫ਼ ਕਰ ਦਿੱਤਾ ਜਾਵੇ ਆਪਣਾ ਬਲੱਡ ਮਨੀ ਲੈ ਕੇ ਛੱਡ ਦਿੰਦੇ ਹੁੰਦੇ ਆ ਵੈਸੇ ਕਤਲ ਦੇ ਕਤਲ ਕੀਤੇ ਬੰਦੇ ਨੂੰ ਅਰਬ ਕੰਟਰੀ ਚ ਏਦਾਂ ਹੈਗਾ ਸਾਡੇ ਭਾਰਤ ਚ ਨੀ ਹੈਗਾ ਏਦਾਂ ਕਤਲ ਦੀ ਸਜ਼ਾ ਤਾਂ ਮੌਤ ਹੁੰਦੀ ਹੋ ਜਾਂ ਫਿਰ ਉਮਰ ਕੈਦ ਭੁਗਤਣੀ ਪੈਂਦੀ ਉਹਨਾਂ ਨੂੰ ਬੰਦਾ ਕੋਈ ਵਧੀਆ ਆਪਣਾ ਜੇਲ੍ਹ ਦੇ ਵਿੱਚ ਵਧੀਆ ਉਹਦਾ ਕੰਮ ਹੋ ਜਾਵੇ ਕੋਈ ਚੰਗੀ ਉਹਦੇ ਚਾਲ ਚੱਲਣ ਹੋਣ ਤਾਂ ਸ਼ਾਇਦ ਸਜ਼ਾ ਮਾਫ਼ ਵੀ ਹੋ ਜਾਂਦੀ ਆ ਪਰ ਏਦਾਂ ਮਾਫ਼ ਨਹੀਂ ਹੁੰਦੀ ਪਰ ਜਿਹੜੀ ਧਾਰਮਿਕ ਤੌਰ 'ਤੇ ਆਪਣੇ ਗੁਰੂ ਨਾਲ ਆਪਣੇ ਰਹਿਬਰ ਨਾਲ ਕੀਤਾ ਹੋਇਆ ਗੁਨਾਹ ਹੋਵੇ ਨਾ ਜੀ ਅਤੇ ਉਹ ਦੀ ਸਜ਼ਾ ਤਾਂ ਹੁੰਦੀ ਆ ਜੀ ਬੇਸ਼ੱਕ ਜਿਹੜੇ ਰਹਿਬਰ ਵੱਡੇ ਤਾਕਤਾਂ ਵਾਲੇ ਲੋਕ ਹੁੰਦੇ ਆ ਨਾ ਜੀ ਉਹ ਕਈ ਵਾਰੀ ਆਪਣੇ ਪੱਖ 'ਚ ਫੈਸਲਾ ਕਰਨ 'ਚ ਕਰਾਉਣ 'ਚ ਕਾਮਯਾਬ ਹੋ ਜਾਂਦੇ ਹੁੰਦੇ ਅਕਸਰ ਇੱਦਾਂ ਹੁੰਦਾ ਹੁਣ ਵੀ ਇਹੋ ਹੀ ਹੋਣਾ ਜਿਹੜਾ ਮਹਾਰਾਜ ਦੀ ਤਾਬਿਆ 'ਚ ਬੈਠਾ ਹੋਇਆ ਹਜ਼ੂਰੀਆ ਜਦੋਂ ਲੀਡਰ ਉਹਨਾਂ ਦਾ ਮਾਲਕ ਆਉਂਦਾ ਹੈ ਅਤੇ ਉਹ ਆਪਣੇ ਉਹ ਅਸਲੀ ਮਾਲਕ ਨੂੰ ਛੱਡ ਕੇ ਖੜ੍ਹੇ ਹੋ ਜਾਂਦੇ ਨੇ ਇਦੋਂ ਬਾਅਦ ਤਲਵੇ ਚੱਲ ਚੱਟਰਮਲਾ ਕੰਮ ਹੋਰ ਕੀ ਹੋ ਸਕਦਾ ਬਹੁਤ ਐਗਜ਼ਾਮਪਲਾਂ ਚਾਹੁੰਦਾ ਬਹੁਤ ਐਗਜ਼ਾਮਪਲ ਆਪਾਂ ਵਾਇੰਡ ਅਪ ਕਰਨਾ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਵੱਲੋਂ 15 ਅਗਸਤ ਨੂੰ ਬਾਈਕਾਟ ਕਰਨ ਦਾ ਅਲਟੀਮੇਟਮ ਕੀ ਕਹਿਣਾ ਚਾਹੁੰਦਾ ਅਸਲ 'ਚ ਉਹਨਾਂ ਦੀਆਂ ਮੰਗਾਂ ਨੇ ਕੁਛ ਉਹਨਾਂ ਦੇ ਵਾਰਸਾਂ ਨੂੰ ਤਾਂ ਕੋਈ ਰਿਸਪੈਕਟ ਦੀ ਗੱਲ ਹੈ ਕੋਈ ਪੈਨਸ਼ਨ ਦੀ ਗੱਲ ਹੈ ਕੋਈ ਤਵਰ ਕੋਈ ਪੱਤਰਾਂ ਦੀ ਗੱਲ ਤਵਰ ਪੱਤਰ ਨਹੀਂ ਸੋਰੀ ਕੋਈ ਪੱਤਰਾਂ ਦੀ ਗੱਲ ਹੈਗੀ ਆ ਉਹ ਕਈ ਸਾਰੇ ਪੱਤਰਾਂ ਨੂੰ ਲੈ ਕੇ ਨਾ ਕੱਲ੍ਹ ਮੀਟਿੰਗਾਂ ਹੋਈਆਂ ਸੀਗੀਆਂ ਅਤੇ ਉਹਨਾਂ ਨੇ ਮੰਗ ਪੱਤਰ ਦਿੱਤੇ ਨੇ ਮੁੱਖ ਮੰਤਰੀ ਦੇ ਨਾਂ ਦੇ ਉੱਤੇ ਉਹ ਕਹਿੰਦੇ ਵੀ ਸਾਡੀਆਂ ਜੇਕਰ ਤੁਸੀਂ 12 ਅਗਸਤ ਤੱਕ ਇਹਨਾਂ ਮੰਗਾਂ ਉੱਤੇ ਵਿਚਾਰ ਨਾ ਕੀਤਾ ਤਾਂ ਅਸੀਂ 15 ਅਗਸਤ ਨੂੰ ਬਾਈਕਾਟ ਕਰਾਂਗੇ ਆਜ਼ਾਦੀ ਘੁਲਾਟੀਆਂ ਦੇ ਵਾਰਸ ਕਹਿ ਰਹੇ ਜੀ ਗੱਲ ਜਿਹੜੇ ਜਿਹਨਾਂ ਆਜ਼ਾਦੀ ਘੁਲਾਟੀਆਂ ਨੇ ਆਜ਼ਾਦੀ ਲੈਣ ਵਾਸਤੇ ਆਪਣੀਆਂ ਜਾਨਾਂ ਵਾਰੀਆਂ ਨੇ ਉਹਨਾਂ ਦੇ ਵਾਰਸ ਹੋਣ ਇਹ ਗੱਲ ਆਖ ਰਹੇ ਨੇ ਤੇ ਵਧੀਆ ਇਹ ਆਪਣਾ ਆਪਣੇ ਤਰੀਕੇ ਨਾਲ ਉਹਨਾਂ ਗੱਲ ਕਹਿਣ ਦਾ ਤਰੀਕਾ ਜੀ ਆਜ਼ਾਦੀ ਘੁਲਾਟੇ ਦੇ ਵਾਰਸਾਂ ਦਾ ਤੇ ਸਰਕਾਰ ਨੂੰ ਉਹਨਾਂ ਦੀ ਮੰਗਾਂ ਜਿਹੜੀਆਂ ਜਾਇਜ਼ ਨੇ ਮੰਨ ਲੈਣੀਆਂ ਚਾਹੀਦੀਆਂ ਨੇ ਤਾਂ ਹਰ ਜੀ ਬਹੁਤ ਧੰਨਵਾਦ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ You're listening to CNN Toronto, Chawla News Network Toronto.